ਬਹੁਤ ਵਧੀਆ ਜੀ, ਜਿੰਨਾ ਸੋਹਣਾ ਮੁੰਡਾ ਗਾਉਂਦਾ ਉਦੋਂ ਵਧੀਆ ਫਿਲਮ ਵੀ ਬਣਾਈ ਹੈ ਜੀ, ਇਹਦੀ ਬਹੁਤ ਟੌਪ ਦੀ ਹੈ ਜੀ। ਕਿੰਨੇ ਨੰਬਰ ਦਓਗੇ ਜੀ ਜੇ 5 ਚੋਂ ਆਪਾਂ ਦਈਏ? 105 ਦੇਵਾਂਗੇ ਜੀ। ਭਾਈ ਬੰਬ ਸਿਰਾ ਟਾਕਾ ਸਭ ਕੁਝ ਜੋ ਕਹਿੰਦੇ ਸਭ ਤੋਂ ਫੇਲ ਹੀ ਆ ਉਹਦੇ ਅੱਗੇ। 10 out of 10 ਦਊਂਗਾ, ਬਹੁਤ ਚਿਰਾਂ ਤੋਂ ਇੰਤਜ਼ਾਰ ਸੀਗਾ ਭਾਈ ਦੀ ਫਿਲਮ ਦਾ। ਦਿੱਤੀ ਜਾਵੇ ਫਿਲਮ 'ਚ ਸਿੱਖਣ ਦੀ, ਕੀ ਸਿੱਖਣ ਨੂੰ ਮਿਲਿਆ ਤੁਹਾਨੂੰ? ਵੀ ਇਹ ਹੀ ਗਦਾਰੀ ਨਾ ਕਰੋ ਕਿਸੇ ਨੂੰ, ਵਧੀਆ ਯਾਰ ਮਾਰ ਨਾ ਕਰੋ ਜੀ ਕੋਈ ਵੀ। ਅਤੇ ਸਭ ਤੋਂ ਘੈਂਟ ਸੌਂਗ ਹੈ ਇਹਦੇ ਵਿੱਚ, ਜਦੋਂ ਖੜ ਜਾਂਦੇ ਯਾਰ ਹਿੱਕਾਂ ਠੋਕ ਕੇ ਥਰ ਥਰ ਕੰਬੇ ਧਰ। ਤੂੰ ਮੇਰਾ ਭਰਾ, ਤੂੰ ਮੇਰੀ ਜਾਨ ਆ, ਫਿਰ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਤਾਂ ਪਤਾ ਲੱਗੂ ਭਰਾ ਦਾ ਮਤਲਬ ਕੀ ਸੀ, ਜਾਨ ਦਾ ਮਤਲਬ ਕੀ ਸੀ, ਪੱਗ ਵਟਾਉਣ ਦਾ ਮਤਲਬ ਕੀ ਸੀਗਾ। ਕਿ ਪੱਗ ਮੈਂ ਵਾਪਸ ਲੈਣਾ ਹੈ, ਇੱਕ ਉਹਦਾ ਡਾਇਲੋਗ ਸੀ ਵੀ ਤੂੰ ਉਹਦੀ ਲਾਜ ਨਹੀਂ ਰੱਖੀ, ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਂਦੀ ਆ ਤਾਂ ਫਿਰ ਕੀ ਬਣਦਾ, ਵੀ ਤੈਨੂੰ ਉਹਦੀ ਮੈਂ ਜ਼ਿੰਮੇਵਾਰੀ ਸਾਂਭ ਕੇ ਗਿਆ ਸੀ। ਪਰ ਯਾਰੀ ਦੇ ਵਿੱਚ ਜਦ ਕੋਈ ਦਗਾ ਕਮਾਉਂਦਾ ਉਹਦੀ ਗੱਲਬਾਤ ਬਖੂਬੀ ਦਿਖਾਈ ਗਈ ਹੈ ਇਸ ਫਿਲਮ 'ਚ। ਫਿਰ ਸੇਮ ਟਾਈਮ ਦੇ ਉੱਪਰ ਮੁਬਾਰਕਬਾਦ ਦਿੰਦੇ ਹਾਂ ਆਪਾਂ ਜਗ ਸਿੰਘ ਬਾਈ ਨੂੰ, ਜਿਹਨੇ ਘੁੱਕਰ ਦਾ ਰੋਲ ਕੀਤਾ, ਉਹ ਆਪਣੇ ਰੋਲ ਦੇ ਵਿੱਚ ਇੰਨਾ ਜ਼ਿਆਦਾ ਉਸ ਬੰਦੇ ਨੇ ਇਨਸਾਫ ਕੀਤਾ ਕਿ ਮੈਂ ਸਮਝਦਾ ਕਿ ਉਹਨੂੰ ਵੀ 100/100 ਨੰਬਰ ਦੇਣੇ ਬਣਦੇ ਆ। ਚੰਗੇ ਸਿਨੇਮੇ ਦੇ ਲਈ, ਚੰਗੇ ਆਉਣ ਵਾਲੇ ਭਵਿੱਖ ਦੇ ਲਈ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਸਪੋਰਟ ਵੀ ਕਰੀਏ ਅਤੇ ਪ੍ਰਮੋਟ ਵੀ ਕਰੀਏ। ਬਹੁਤ ਵਧੀਆ ਜੀ, ਜਿੰਨਾ ਸੋਹਣਾ ਮੁੰਡਾ ਗਾਉਂਦਾ ਉਦੋਂ ਵਧੀਆ ਫਿਲਮ ਵੀ ਬਣਾਈ ਹੈ ਜੀ, ਉਹਦੇ ਬਹੁਤ ਟੌਪ ਦੀ ਹੈ ਜੀ। ਤੁਸੀਂ ਕੀ ਮਤਲਬ ਉਹਦੇ 'ਚ ਦੇਖ ਕੇ ਤੁਹਾਨੂੰ ਸੋਹਣਾ ਕੀ ਲੱਗਿਆ ਜੀ? ਪੁਰਾਣੇ ਰਿਵਾਜ਼ ਜੀ ਸਾਰੇ ਦਿਖਾਏ ਉਹਨਾਂ ਨੇ, ਠੀਕ ਹੈ ਜੀ। ਹਾਂਜੀ, ਜਿਹਦੇ 'ਚ ਟਕੋ ਗੜਾਸੇ ਸਭ ਤੋਂ ਵਧੀਆ ਸੀਗੇ, ਪੁਰਾਣੀਆਂ ਰਫਲਾਂ ਜਿਹੜੀਆਂ ਪੁਲਿਸ ਕੋਲ ਸੀਗੀਆਂ ਜੀ, ਬਹੁਤ ਟੌਪ ਦੀ ਫਿਲਮ ਲੱਗੀ ਜੀ। ਅਤੇ ਕਿੰਨੇ ਨੰਬਰ ਦਓਗੇ ਜੀ ਜੇ 5 ਚੋਂ ਆਪਾਂ ਦਈਏ ਤਾਂ? 105 ਦੇਵਾਂਗੇ ਜੀ, ਧੰਨਵਾਦ। ਕੱਲੇ 5 ਨਹੀਂ, ਬਹੁਤ ਵਧੀਆ ਫਿਲਮ, ਓਕੇ ਥੈਂਕ ਯੂ। ਸੋ ਬਾਈ ਕਿੱਦਾਂ ਲੱਗੀ? ਬਾਈ ਬੰਬ ਸਿਰਾ ਪਟਾਕਾ ਸਭ ਕੁਝ ਜੋ ਕਹਿੰਦੇ ਸਭ ਕੁਝ ਫੇਲ ਹੀ ਆ ਉਹਦੇ ਅੱਗੇ। ਪਰ ਕੀ ਕੀ ਜ਼ਿਆਦਾ ਵਧੀਆ ਕੀ ਲੱਗਿਆ? ਵਧੀਆ, ਬੱਬੂ ਮਾਨ ਨੂੰ ਪਹਿਲੀ ਡੇਟ ਤੋਂ ਬਹੁਤ ਟਾਈਮ ਦੇ ਵੇਟ ਕਰਦੇ ਸੀ, ਉਸਤਾਦ ਹੋਣੀ ਆਏ ਤੇ ਨੇਰੀਆਂ ਲਿਆਤੀਆਂ। ਜੇ ਆਪਾਂ ਗੱਲ ਕੀਤੀ ਜਾਵੇ ਇਹਦੇ 'ਚ ਜਿਹੜੀ ਸਿੱਖਣ ਵਾਲੀ ਗੱਲ ਆਪਾਂ ਕੀਤੀ ਜਾਵੇ ਉਹ ਕੀ? ਬਹੁਤ ਵਧੀਆ ਸਿੱਖਣ ਵਾਲੀ ਗੱਲ, ਕਿਉਂਕਿ ਇਹ ਆਪਣੀ ਮਤਲਬ ਆਪਣੇ ਫੋਕ ਮਤਲਬ ਪੁਰਾਣੀ ਆਪਣਾ ਟ੍ਰੈਡੀਸ਼ਨ ਚੱਲਦਾ ਪਿਆ, ਜਿਹੜਾ ਆਪਾਂ ਨੂੰ ਯਾਦ ਰੱਖਣਾ ਚਾਹੀਦਾ। ਆਪਾਂ ਚਾਹੇ ਵੈਸਟਰਨ ਦੇ ਵਿੱਚ ਆ ਗਏ, ਬਟ ਆਪਾਂ ਨੂੰ ਚੀਜ਼ਾਂ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ, ਜਿਹੜੀ ਚੀਜ਼ ਇਹ ਬਹੁਤ ਵਧੀਆ ਉਹਨਾਂ ਨੇ ਦੱਸਿਆ ਕਿ ਆਪਾਂ ਨੂੰ ਜਿਹੜੀ ਆ ਕਿ ਆਪਣੀਆਂ ਇੱਜ਼ਤਾਂ ਦਾ ਧਿਆਨ ਰੱਖਣਾ ਚਾਹੀਦਾ, ਮੇਨ ਜਿਹੜੀ ਗੱਲ ਆ। ਤੁਸੀਂ ਕੀ ਕਹੋਗੇ ਭਾਈ? ਸਹੀ ਗੱਲ ਹੈ ਭਾਜੀ, ਜਿੱਦਾਂ ਵੈਸਟਰਨ ਕਲਚਰ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਫੋਲੋ ਕਰਦੀ ਹੈ, ਤੁਸੀਂ ਇੱਥੇ ਵੀ ਦੇਖਿਆ ਹੋਊਗਾ ਕਿ ਜੇ ਆਪਾਂ ਅੱਜ ਕੱਲ੍ਹ ਦੇਖੀਏ ਕਿ ਕੁੜੀਆਂ ਜ਼ਿਆਦਾ ਮਾਡਰਨਾਈਜ਼ ਹੋ ਰਹੀਆਂ, ਮੁੰਡੇ ਵੀ ਮਾਡਰਨਾਈਜ਼ ਹੋ ਰਹੇ ਆ, ਬਟ ਸਟਿਲ ਜੇ ਤੁਸੀਂ ਅੱਜ ਕਿਸੇ ਨੂੰ ਬਾਹਰ ਜਾ ਕੇ ਵੀ ਪੁੱਛੋਗੇ ਉਹ ਇਹੀ ਕਹਿਣਗੇ ਕਿ ਯਾਰ, ਮੁੰਡੇ ਕਹਿਣਗੇ ਕਿ ਹਾਂਜੀ ਭਾਜੀ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ। ਕਿਉਂ? ਕਿਉਂਕਿ ਸਾਡੇ ਕੋਲ ਉੱਥੇ ਵੀ ਇੰਡੀਆ ਉਹੀ ਖੋਲਿਆ, ਅਸੀਂ ਉਨਾ ਹੀ ਮਾਣ ਮਹਿਸੂਸ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ, ਬਟ ਜਿਹੜੀਆਂ ਕੁੜੀਆਂ ਆ, ਕੋਈ ਕੁੜੀ ਨਹੀਂ ਕਹੂਗੀ ਕਿ ਅਸੀਂ ਵਾਪਸ ਜਾਣਾ ਚਾਹੁੰਦੀਆਂ, ਬੈਕ ਹੋਮ ਜਾਣਾ ਚਾਹੁੰਦੀਆਂ, ਪੰਜਾਬ ਜਾਣਾ ਚਾਹੁੰਦੀਆਂ। ਕਿਉਂ? ਕਿਉਂਕਿ ਉਹਨਾਂ ਨੂੰ ਇੱਥੇ ਲੱਗਦਾ ਵੀ ਇੱਥੇ ਆ ਕੇ ਉਹਨਾਂ ਨੂੰ ਆਜ਼ਾਦੀ ਮਿਲ ਗਈ ਆ, ਬਟ ਕਿ ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਆਜ਼ਾਦੀ ਬਹੁਤ ਜ਼ਿਆਦੀਆਂ ਖਾਮੀਆਂ ਦੇ ਨਾਲ, ਬਹੁਤ ਜ਼ਿਆਦਾ ਸਿਚੁਏਸ਼ਨਾਂ ਦੇ ਨਾਲ ਆਉਂਦੀ ਆ, ਅਤੇ ਉਹ ਉਦੋਂ ਤੱਕ ਬਹੁਤ ਲੇਟ ਹੋ ਚੁੱਕਾ ਹੁੰਦਾ ਆ, ਬਟ ਇਹ ਚੀਜ਼ਾਂ ਫਿਲਮ ਦੇ ਰਾਹੀਂ ਦੁਨੀਆ ਤੱਕ ਲਿਆਈਆਂ ਜਾਂਦੀਆਂ ਕਿ ਐਟ ਦਾ ਐਂਡ ਇਹ ਚੀਜ਼ਾਂ ਤੁਹਾਡੇ ਸਾਰਿਆਂ ਲਈ ਮਾੜੀਆਂ, ਤੁਹਾਡੀ ਫੈਮਿਲੀ ਲਈ ਮਾੜੀਆਂ, ਤੁਹਾਡੇ ਸਾਰਾ ਜਿੰਨਾ ਫਰੈਂਡ ਸਰਕਲ ਵਗੈਰਾ ਸਭ ਲਈ ਮਾੜੀਆਂ। ਸੋ ਇਹ ਜਿੱਦਾਂ ਫਿਲਮ ਦੇ ਨਾਲ ਉਹਨੀ ਪ੍ਰਜੈਂਟ ਕੀਤਾ ਹੈ, ਬਹੁਤ ਵਧੀਆ ਵੇ, ਲੋਕ ਅਵੇਅਰ ਹੁੰਦੇ ਆ। ਜੇ 5 ਚੋਂ ਆਪਾਂ ਗੱਲ ਕਰੀਏ ਕਿੰਨੇ ਨੰਬਰ ਦਊਂਗੇ? 5 ਚੋਂ 5 ਹੀ, 10 ਤਾਂ 5 ਹੀ ਆ ਭਾਈ, 10 ਹੀ ਦੇਵਾਂਗੇ ਭਾਈ, ਕੀ ਕਹੋਗੇ? 10 ਭਾਜੀ, 10 ਤੋਂ 10 ਹੀ ਦੇਵਾਂਗੇ ਭਾਜੀ। ਇਹ ਚਿਰ ਦੀ ਆਪਾਂ ਵੇਟ ਕਰ ਰਹੇ ਸੀ ਵੀ ਬਾਈ ਹੁਣਾਂ ਦੀ ਫਿਲਮ ਆਵੇ, ਤੇ ਕਿੱਦਾਂ ਲੱਗੀ ਭਾਜੀ? ਬਹੁਤ, ਮੈਂ ਤੇ 10 out of 10 ਦਊਂਗਾ, ਬਹੁਤ ਚਿਰਾਂ ਤੋਂ ਇੰਤਜ਼ਾਰ ਸੀਗਾ ਭਾਈ ਦੀ ਫਿਲਮ ਦਾ। ਰੋਲ ਦੀ ਗੱਲ ਕੀਤੀ ਜਾਵੇ ਸਭ ਤੋਂ ਵਧੀਆ ਤਾਂ ਚਲੋ ਨੋ ਡਾਊਟ ਬੱਬੂ ਮਾਨ ਹੈ, ਪਰ ਉਹ ਤੋਂ ਇਲਾਵਾ ਕਿਹਦਾ ਰੋਲ ਵਧੀਆ ਭਾਜੀ? ਕੁੱਕਰ ਦਾ ਜੇ ਦੇਖਿਆ ਜਾਵੇ ਉਹ ਐਂਟੀ ਸੀਗਾ, ਬਟ ਬਹੁਤ ਵਧੀਆ ਰੋਲ ਕੀਤਾ। ਜੇ ਐਜ਼ ਏ ਆਰਟਿਸਟ ਦੇਖਿਆ ਜਾਵੇ ਤਾਂ ਕੁੱਕਰ ਦਾ ਵੀ ਬਹੁਤ ਵਧੀਆ ਸੀਗਾ।
ਕਿ ਜੇ ਆਪਾਂ ਫਾਈਟ ਦੀ ਗੱਲ ਕੀਤੀ ਜਾਵੇ ਜੈਨੂਅਨ ਲੱਗਦੀ ਆ ਕਿ ਓਵਰ ਕੀਤੀ ਹੋਈ? ਨਹੀਂ ਭਾਅ ਜੀ, ਜੈਨੂਅਨ ਆ। ਜਿੱਦਾਂ ਪੁਰਾਣੇ ਟਾਈਮ 'ਚ ਤੁਸੀਂ ਦੇਖਿਆ, ਉਹਨਾਂ ਨੇ ਪੁਰਾਣਾ ਕਲਚਰ ਦਿਖਾਇਆ, ਪੁਰਾਣੇ ਘਰ ਦਿਖਾਏ ਆਪਣਾ, ਮਤਲਬ ਜਿੱਦਾਂ ਆਪਾਂ ਪੁਰਾਣੇ ਟਾਈਮ 'ਚ ਸੀਗੇ ਆਪਣੇ ਪਿਛੋਕੜ, ਜਿੱਦਾਂ ਉਹ ਫੇਰ ਤੋਂ ਦਿਖਾਇਆ। ਆਪਾਂ ਵੀ ਹੁਣ ਆਪਣੇ ਗੱਲ ਕਰੀਏ, ਜਿੱਦਾਂ ਆਪਾਂ ਆਪਣੇ ਪਿੰਡਾਂ ਦੀ ਗੱਲ ਕਰੀਏ, ਉਹ ਸਾਨੂੰ ਯਾਦ ਆ ਗਿਆ ਫਿਰ ਕਿ ਆਪਣੇ ਵੀ ਘਰ ਦੇ ਕਿੱਦਾਂ ਮਿੱਟੀ ਨਾਲ ਲਿੰਬਦੇ ਸੀਗੇ, ਹੈ ਨਾ, ਲਿੰਬਦੇ ਸੀਗੇ। ਮਤਲਬ ਪੂਰਾ ਉਹ ਕਲਚਰ ਦੇਖ ਕੇ ਫਿਰ ਹੁੰਦਾ ਕਿ ਯਾਰ ਫਿਰ ਪਿੰਡਾਂ ਵੱਲ ਨੂੰ ਰਾਹ ਪਾਈਏ, ਇੱਥੇ ਤਾਂ ਆ ਗਏ ਹਾਂ ਪਰ ਕਮਾਈਆਂ ਕਰਨ ਲਈ, ਬਟ ਆਪਣੇ ਰੂਟਸ ਜਿਹੜੇ ਆ ਉਹ ਪੰਜਾਬ ਹੀ ਹੈਗਾ। ਸੋ ਬਹੁਤ ਵਧੀਆ ਲੱਗਾ ਦੇਖ ਕੇ ਫਿਲਮ, ਇੱਕ ਦੇਖ ਕੇ ਉਹ ਪ੍ਰੈਜੈਂਟ ਕੀਤਾ ਜਿੱਦਾਂ ਉਹਨਾਂ ਨੇ, ਉਹ ਬਹੁਤ ਵਧੀਆ ਲੱਗਾ ਕਿ ਆਪਣੇ ਰੂਟਸ ਪੁਰਾਣੇ, ਬਹੁਤ ਵਧੀਆ ਲੱਗਾ ਭਾਅ ਜੀ। ਮੈਂ ਤਾਂ 10 out of 10 ਦਊਂਗਾ। ਕਿੱਦਾਂ ਲੱਗਾ? ਸੋਹਣੀ ਫਿਲਮ, ਬਹੁਤ ਜ਼ਿਆਦਾ। ਅਤੇ ਸਭ ਤੋਂ ਵਧੀਆ ਰੋਲ ਕਿਹਦਾ ਲੱਗਿਆ? ਬੱਬੂ ਮਾਨ ਦਾ ਜੀ। ਅਤੇ ਜੇ ਆਪਾਂ ਹੋਰ ਉਹਨਾਂ ਤੋਂ ਇਲਾਵਾ ਕਿਸੇ ਦੀ, ਬੱਬੂ ਮਾਨ ਤਾਂ ਚਲੋ ਸਭ ਦੇ ਫੇਵਰੇਟ ਨੇ, ਪਰ ਉਹ ਤੋਂ ਇਲਾਵਾ ਜੇ ਆਪਾਂ ਗੱਲ ਕੀਤੀ, ਸਾਰਿਆਂ ਦਾ ਵੀ ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਜੇ ਆਪਾਂ ਗੱਲ ਕੀਤੀ ਜਾਵੇ ਫਿਲਮ 'ਚ ਸਿੱਖਣ ਦੀ, ਕੀ ਸਿੱਖਣ ਨੂੰ ਮਿਲਿਆ ਤੁਹਾਡੇ? ਵੀ ਇਹ ਹੀ ਗਦਾਰੀ ਨਾ ਕਰੋ ਕਿਸੇ ਨਾਲ, ਵਧੀਆ ਜੀ ਯਾਰ ਮਾਰ ਨਾ ਕਰੋ ਜੀ ਕੋਈ ਵੀ। ਅਤੇ ਸਭ ਤੋਂ ਘੈਂਟ ਸੌਂਗ ਹੈ ਇਹਦੇ ਵਿੱਚ, ਜਦੋਂ ਖੜ ਜਾਂਦੇ ਯਾਰ ਹਿੱਕਾ ਠੋਕੇ ਨਹੀਂ, ਥਰ ਥਰ ਕੰਬੇ ਧਰ। ਥੈਂਕ ਯੂ, ਬਹੁਤ ਵਧੀਆ। 5 out of 10 ਨੰਬਰ ਦਿੰਦੇ ਹਾਂ। ਇਹ ਨਾਲੇ ਪਹਿਲੀ ਪੰਜਾਬੀ ਮੂਵੀ ਆ ਜਿਹਦੀਆਂ ਮਤਲਬ ਐਡਵਾਂਸ ਬੁਕਿੰਗ 25,000 ਤੋਂ ਪਲੱਸ ਟਿਕਟਾਂ ਹੋ ਗਈਆਂ ਸੀਗੀਆਂ ਜੀ। ਨਹੀਂ ਪਰ ਜੇ ਆਪਾਂ ਗੱਲ ਕੀਤੀ ਜਾਵੇ, ਚਲੋ ਬੱਬੂ ਮਾਨ ਜੀ ਦੀ ਤਾਂ ਫੋਰਨ ਫਿਲਮਿੰਗ ਬਹੁਤ ਜ਼ਿਆਦਾ ਫੈਨ ਫੋਲੋਇੰਗ ਉਹਨਾਂ ਦੀ, ਪਰ ਜੇ ਉਹ ਤੋਂ ਇਲਾਵਾ ਆਪਾਂ ਗੱਲ ਕੀਤੀ ਜਾਵੇ ਫਿਲਮ ਦੇ ਵਿੱਚ, ਕਿਉਂਕਿ ਕਈ ਵਾਰੀ ਆਪਾਂ ਫੈਨ ਹੁੰਦੇ ਹਾਂ, ਆਪਾਂ ਆ ਜਾਂਦੇ ਹਾਂ ਜਿਹਨੂੰ ਆਪਾਂ ਅੰਨੇ ਭਗਤ ਕਹਿ ਦਿੰਦੇ ਹਾਂ, ਪਰ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਇਹ ਜਿਹੜੀ ਫਿਲਮ ਆ ਥੀਏਟਰ ਤੱਕ ਖਿੱਚਣ ਤੱਕ ਕਾਮਯਾਬ ਰਹੂਗੀ? ਜ਼ਰੂਰ ਰਹੂਗੀ ਜੀ, ਕਿਉਂਕਿ ਇਹਦੇ 'ਚ ਇਹ ਨਹੀਂ ਦਿਖਾਇਆ ਪੁਆਇੰਟ ਆਫ ਵਿਊ ਇਕੱਲੇ ਸੁੱਚੇ ਦਾ ਕਿ ਸੁੱਚੇ ਸੂਰਮੇ ਨੇ ਕਿਉਂ ਕੀਤਾ, ਇਹਦੇ 'ਚ ਹਰ ਇੱਕ ਬੰਦੇ ਦਾ ਕਿ ਬਲਵੀਰੋ ਨੇ ਕੀਤਾ ਤਾਂ ਉਹ ਕਿਉਂ ਕੀਤਾ, ਹਰ ਇੱਕ ਬੰਦੇ ਦਾ ਜੋ ਪੁਆਇੰਟ ਆਫ ਵਿਊ ਆ ਉਹ ਕਲੀਅਰ ਕੀਤਾ ਹੋਇਆ ਪੂਰਾ। ਮਤਲਬ ਇਕੱਲੇ ਇਕੱਲੇ ਨੂੰ ਜਿਹਨੂੰ ਜਿੱਥੇ ਰੱਖਣਾ ਚਾਹੀਦਾ ਸੀ ਉਸ ਹਿਸਾਬ ਨਾਲ ਉਹਨੂੰ ਰੋਲ ਦਿੱਤਾ ਜੀ। ਅਮਿਤੋਜ ਮਾਨ ਜੀ ਦੀ ਡਾਇਰੈਕਸ਼ਨ ਵੀ ਬਹੁਤ ਵਧੀਆ ਹੈ ਅਤੇ ਬੱਬੂ ਮਾਨ ਸਾਹਿਬ ਦੀ ਐਕਟਿੰਗ ਉਦੋਂ ਵੀ ਸਰਾ, ਅਤੇ ਡਾਇਲੋਗ ਜਦੋਂ ਬੋਲਦੇ ਨੇ ਨਾ, ਜਦੋਂ ਡਾਇਲੋਗ ਬੋਲਦੇ ਨੇ ਤਾਂ ਲੂਈ ਕੰਡੇ ਬੰਦੇ ਦੇ ਥੀਏਟਰਾਂ 'ਚ ਬੈਠੇ ਖੜੇ ਹੁੰਦੇ ਨੇ ਵੀ ਹਾਂ ਡਾਇਲੋਗ ਬੋਲਦਾ ਬੰਦਾ। ਧੰਨਵਾਦ ਬਾਈ ਜੀ, ਤਾਂ ਆਪਾਂ ਅੱਗੇ ਵੀ ਬਹੁਤ ਦੇਖੀਆਂ ਨੇ ਪਹਿਲਾਂ, ਤੁਸੀਂ ਦੱਸੋ ਵੀ ਤੁਹਾਨੂੰ ਜੇ ਫਿਲਮ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਵਧੀਆ ਕੀ ਲੱਗਿਆ? ਹਾਂ ਪਹਿਲਾਂ ਤਾਂ ਡੇਲੀ ਪੋਸਟ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜੀਆਂ ਫਿਲਮਾਂ ਜੀ, ਹਰੇਕ ਫਿਲਮ ਦਾ ਆਪੋ ਆਪਣਾ ਥੀਮ ਹੁੰਦਾ, ਆਪਾਂ ਕਿਸੇ ਫਿਲਮ ਨੂੰ ਕਿਸੇ ਨਾਲ ਜਾਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ, ਕੰਪੇਅਰ ਨਹੀਂ ਕਰ, ਕਿਉਂਕਿ ਇਹਨਾਂ ਨੇ ਆਪਣਾ ਥੀਮ ਦਿਖਾਇਆ, ਵਧੀਆ ਚੀਜ਼ ਆ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਮਾਜ ਤੋਂ ਵਿਸਾਰੀ ਜਾਂਦੇ ਹਾਂ, ਧੀਆਂ ਭੈਣਾਂ ਦੀ ਇੱਜ਼ਤ, ਦੋਸਤੀਆਂ ਦਾ ਕਿਰਦਾਰ, ਜਾਂ ਫਿਰ ਪੱਗ ਵਟਾਉਣ ਦਾ ਜਿਹੜਾ ਰੀਤੀ ਰਿਵਾਜ਼ ਦਾ ਸਮਾਂ ਸੀ, ਉਹ ਚੀਜ਼ਾਂ ਨੂੰ ਦੁਬਾਰਾ ਦੱਸਿਆ ਗਿਆ। ਕਿਉਂਕਿ ਅੱਜ ਵੀ ਆਪਾਂ ਯਾਰਾਂ ਦੋਸਤਾਂ 'ਚ ਬਹਿ ਕੇ ਕਹੇ ਨੇ ਯਾਰ ਤੂੰ ਤਾਂ ਮੇਰਾ ਭਰਾ, ਪਰ ਜੇ ਹੁਣ ਭਰਾ ਕਹਿੰਦਾ ਤਾਂ ਉਹਦਾ ਮਤਲਬ ਪਤਾ ਹੋਣਾ ਚਾਹੀਦਾ। ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਿਹੜੇ ਇੱਕ ਤਾਂ ਸਾਡੇ ਪੁਰਾਣੇ ਜਿਹੜੇ ਆਪਾਂ ਸ਼ਬਦ ਦਾ ਵਰਤ ਲੈਂਦੇ ਹਾਂ, ਜਿਵੇਂ ਕਹਿੰਦੇ ਵੀ ਤੂੰ ਮੇਰਾ ਭਰਾ, ਤੂੰ ਮੇਰੀ ਜਾਨ ਆ, ਫਿਰ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਤਾਂ ਪਤਾ ਲੱਗੂ ਭਰਾ ਦਾ ਮਤਲਬ ਕੀ ਸੀ, ਜਾਨ ਦਾ ਮਤਲਬ ਕੀ ਸੀ, ਪੱਗ ਵਟਾਉਣ ਦਾ ਮਤਲਬ ਕੀ ਸੀਗਾ। ਸਪੈਸ਼ਲ ਤੌਰ 'ਤੇ ਹਰੇਕ ਪੱਖ ਤੋਂ ਫਿਲਮ ਬਹੁਤ ਵਧੀਆ ਜੀ, ਅਮਿਤੋਜ ਜੀ ਨੇ ਬੜਾ ਵਧੀਆ ਡਾਇਰੈਕਸ਼ਨ ਦਿੱਤੀ ਆ। ਸਪੈਸ਼ਲ ਤੌਰ 'ਤੇ ਮੈਨੂੰ ਵਧੀਆ ਰੋਲ ਲੱਗਾ ਮੁੰਡਾ ਕੁੱਕਰ ਆ ਜੀ, ਉਹਨੇ ਵਧੀਆ ਆਪਣੀ ਜੌਹਰ ਦਿਖਾਈ ਹੈ, ਜਿਵੇਂ ਨਵੇਂ ਮੁੰਡੇ ਵਧੀਆ ਕ੍ਰੀਏਟਿਵ ਆ ਰਿਹਾ ਜੀ। ਪਰ ਜੇ ਗੱਲ ਕੀਤੀ ਜਾਵੇ ਜਿਵੇਂ ਬੱਬੂ ਮਾਨ ਦੀ ਫਿਲਮ, ਜਿਵੇਂ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਆ, ਉਹਨਾਂ ਦੀ ਵੇਟ ਹੁੰਦੀ ਹੈ ਜੀ ਬੜੇ ਚਿਰਾਂ, ਕਈ ਸਾਲਾਂ ਤੋਂ ਨਹੀਂ ਆਈ ਸੀ, ਜੇ ਉਹਨਾਂ ਦੇ ਰੋਲ ਨੂੰ ਆਪਾਂ ਜਸਟੀਫਾਈ ਕੀਤਾ ਜਾਵੇ, ਉਹਨਾਂ ਨੇ ਵਧੀਆ ਨਿਭਾਈ ਤੁਹਾਡੇ ਸਾਹਮਣੇ? ਹਾਂ ਬਹੁਤ ਵਧੀਆ ਜੀ, ਜਿਸ ਹਿਸਾਬ ਦਾ ਕਿਉਂਕਿ ਉਹਨਾਂ ਦਾ ਕਿਰਦਾਰ ਆ ਉਸ ਹਿਸਾਬ ਨਾਲ ਵਧੀਆ ਢੁਕਿਆ ਉਹਨਾਂ 'ਤੇ ਜੀ, ਬਹੁਤ ਵਧੀਆ। ਜੇ 5 'ਚੋਂ ਆਪਾਂ ਗੱਲ ਕੀਤੀ ਜਾਵੇ ਕਿੰਨੇ ਨੰਬਰ ਦਿਓਗੇ? ਮੈਂ ਤਾਂ 5 ਹੀ ਦੇਊਂਗਾ ਜੀ, ਕਿਉਂਕਿ ਮੈਂ ਇਸ ਇੰਡਸਟਰੀ ਨਾਲ 1991 ਤੋਂ ਮੇਰਾ ਵਾਹ, ਫਿਲਮ ਬਣਾਉਣ ਨੂੰ 6 ਮਹੀਨੇ ਲੱਗਦੇ ਆ ਅਤੇ ਡਿਸਾਈਡ ਕਰਨ ਨੂੰ 6 ਸਕਿੰਟ, ਪਰ ਮੈਂ 6 ਮਹੀਨਿਆਂ ਨੂੰ ਸਦਾ ਹੀ ਕ੍ਰੈਡਿਟ ਦਿੰਦਾ ਜੀ। ਧੰਨਵਾਦ ਬਾਈ, ਥੈਂਕ ਯੂ ਜੀ।
ਵਧੀਆ ਲੱਗੀ ਆ ਬਹੁਤ। ਪਹਿਲਾਂ ਤਾਂ ਆਪਾਂ ਕੈਨੇਡਾ ਤੋਂ ਗੱਲ ਕਰ ਰਹੇ ਹਾਂ ਚੱਲ, ਹੈ ਨਾ, ਵੀ ਉਹ ਕੱਚੇ ਘਰ ਦੇਖੇ ਫਿਲਮ ਦੇ ਵਿੱਚ, ਹੈ ਨਾ, ਅਤੇ ਫਿਲਮ 'ਚ ਸੁਨੇਹਾ ਬਹੁਤ ਵਧੀਆ ਵੀ ਇੱਕ ਔਰਤ ਆ ਜਿਹੜੀ, ਹੈ ਨਾ, ਕਿਵੇਂ ਘਰ ਨੂੰ ਉਜਾੜ ਦਿੰਦੀ ਆ, ਹੈ ਨਾ, ਭਾਈਆਂ ਵਰਗੇ ਜਿਹੜੇ ਪਿਆਰ ਹੁੰਦੇ ਆ ਉਹਦੇ ਵਿੱਚ ਕਿਵੇਂ ਤੁਫਾੜ ਪੈ ਜਾਂਦੇ ਨੇ, ਹੈ ਨਾ, ਅਤੇ ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ। ਬੱਬੂ ਮਾਨ ਜੀ ਦੀ ਐਕਟਿੰਗ ਬਹੁਤ ਸੋਹਣੀ ਹੈ, ਜਗ ਸਿੰਘ ਦੀ ਐਕਟਿੰਗ ਬਹੁਤ ਸੋਹਣੀ ਆ, ਹੈ ਨਾ, ਜ਼ਰੂਰ ਦੇਖਣ ਜਾਇਓ, ਇੱਕ ਸੱਚ 'ਤੇ ਆਧਾਰਿਤ ਫਿਲਮ ਆ ਬਾਈ ਜੀ, ਬਾਕੀ ਗੁੱਡ ਹੈ, ਬਹੁਤ ਬਹੁਤ ਵਧੀਆ ਲੱਗਿਆ। ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਇਹਦੇ 'ਚ ਪੁਰਾਣਾ ਕਲਚਰ ਦਿਖਾਇਆ ਗਿਆ, ਆਪਾਂ ਵਿਆਹ ਆਪਣੇ ਕਿਵੇਂ ਹੁੰਦੇ ਸੀ, ਫਿਰ ਆਪਾਂ ਕਿਵੇਂ ਸਿੱਠਣੀਆਂ, ਕਿਵੇਂ ਗੀਤ, ਕਿਵੇਂ ਕੁੜੀ ਵਿਦਾ ਕਿਵੇਂ ਹੁੰਦੀ ਸੀ, ਊਂਠਾਂ 'ਤੇ ਗੱਡਿਆਂ 'ਤੇ ਜਾਂਦੀਆਂ ਰਹੀਆਂ ਨੇ, ਉਹ ਕਲਚਰ ਕਿਵੇਂ ਤੁਹਾਨੂੰ ਲੱਗਿਆ ਜੀ? ਵੀ ਬਹੁਤ ਵਧੀਆ ਫਿਲਮਾਇਆ, ਬਹੁਤ ਵਧੀਆ ਗਿਆ, ਬਹੁਤ ਵਧੀਆ, ਉਹ ਨੈਚੁਰਲ ਲੱਗਿਆ, ਮਤਲਬ ਜਿੱਦਾਂ ਹੁੰਦਾ ਤਾਂ ਨਹੀਂ ਨਾ ਲੱਗਿਆ, ਨਾ ਓਵਰ ਨਹੀਂ, ਠੀਕ ਸੀ, ਵਧੀਆ ਸੀ, ਜਿਹੜਾ ਸੱਚਾਈ ਜੀ ਅਧਾਰਤ 'ਤੇ ਲੱਗਿਆ, ਕੋਈ ਇਹ ਨਹੀਂ ਸੀਗਾ ਵੀ ਜਿਵੇਂ ਪਹਿਰਾਵਾ ਵੀ ਦੇਖਿਆ ਗਿਆ ਕਿਵੇਂ ਦੇਸੀ ਪਹਿਰਾਵਾ ਸੀਗਾ, ਹੈ ਨਾ, ਜਾਣੀ ਸਾਰਾ ਆਲ ਓਵਰ ਬਹੁਤ ਸੋਹਣਾ ਲੱਗਿਆ, ਸੁਨੇਹਾ ਫਿਲਮ ਦਾ ਵਧੀਆ ਹੈ, ਗੁੱਡ ਹੈ, ਦੇਖਣੀ ਚਾਹੀਦੀ ਹੈ ਸਾਰਿਆਂ ਨੂੰ। ਬੱਬੂ ਮਾਨ ਨੇ ਚਲੋ ਇੱਕ ਨਵਾਂ ਉਪਰਾਲਾ ਕੀਤਾ, ਇੱਕ ਸੱਚ ਦੇ ਅਧਾਰਤ ਫਿਲਮ, ਮੇਨ ਤਾਂ ਗੱਲ, ਹੈ ਨਾ, ਸੱਚ ਦੇ ਅਧਾਰਤ ਹੈ, ਕਿਵੇਂ ਇੱਕ ਪਰਿਵਾਰ ਬੰਨਿਆ ਜਾ ਸਕਦਾ ਜਾਂ ਇੱਕ ਪਰਿਵਾਰ ਕਿਵੇਂ ਟੁੱਟਦਾ, ਉਹ ਚੀਜ਼ ਦਾ ਬਹੁਤ ਸੁਨੇਹਾ ਵਧੀਆ ਦਿੱਤਾ ਗਿਆ। ਧੰਨਵਾਦ ਬਾਈ ਜੀ, ਥੈਂਕ ਯੂ ਜੀ। ਸੋ ਹਾਂਜੀ ਬਾਈ ਜੀ, ਕਿੱਦਾਂ ਲੱਗੀ ਫਿਰ? ਮੂਵੀ ਬਹੁਤ ਵਧੀਆ ਜੀ, ਅਤੇ ਕਲਚਰ ਵਾਲੀ, ਕਲਚਰ ਵਾਈਜ਼ ਬਹੁਤ ਵਧੀਆ ਮੂਵੀ ਸੀਗੀ, ਅਤੇ ਪਹਿਲਾਂ ਤਾਂ ਬਾਈ ਬੱਬੂ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ, ਉਹਨਾਂ ਦੀ ਜਿਹੜੀ ਐਂਟਰੀ ਆ ਉਹ ਵਾਪਸ ਆਈ ਆ ਮੂਵੀਜ਼ ਦੇ ਵਿੱਚ। ਸੋ ਬਾਕੀ ਐਕਟਿੰਗ ਦੇ ਪੱਖੋਂ ਸਾਰੇ ਹੀ ਵਧੀਆ ਸੀਗੇ ਬਾਈ, ਜਿਹੜੇ ਕੁੱਕਰ ਦੀ ਜਿਹਨਾਂ ਨੇ ਐਕਟਿੰਗ ਕੀਤੀ ਹੈ, ਹੈ ਨਾ, ਜੱਗ ਸਿੰਘ ਹੋਣੀ, ਉਹਨਾਂ ਦੀ ਐਕਟਿੰਗ ਬਹੁਤ ਸੋਹਣੀ ਲੱਗੀ, ਅਤੇ ਬਹੁਤ ਸੋਹਣਾ ਕੰਮ ਆ। ਅਮਿਤੋਜ ਮਾਨ ਹੋਣੀ ਜਿਹੜੇ ਆ ਡਾਇਰੈਕਟਰ, ਉਹਨਾਂ ਨੇ ਬਹੁਤ ਸੋਹਣੀ ਡਾਇਰੈਕਟਰ ਡਾਇਰੈਕਸ਼ਨ ਕੀਤੀ ਹੈ, ਅਤੇ ਬਹੁਤ ਵਧੀਆ ਮੂਵੀ ਆ। ਬਾਕੀ ਇਹ ਹੀ ਆ ਵੀ ਸੇਧ ਦਿੱਤੀ ਹੋਈ ਆ ਵੀ ਜਿਹੜੀਆਂ ਯਾਰੀਆਂ ਦੋਸਤੀਆਂ ਆਪਾਂ ਐਂ ਮੂੰਹੋਂ ਕਹਿ ਦਿੰਦੇ ਹਾਂ ਵੀ ਤੂੰ ਮੇਰਾ ਯਾਰ ਆ, ਤੂੰ ਮੇਰਾ ਭਰਾ ਆ, ਵੀ ਉਹਦੀ ਯਾਰੀ ਅਸਲ ਦੇ ਵਿੱਚ ਦੱਸੀ ਹੋਈ ਆ, ਇਸ ਮਤਲਬ ਬਣਦਾ ਉਹਦਾ ਵੀ ਐਵੇਂ ਨਹੀਂ ਮੂੰਹੋਂ ਕਹਿ ਕੇ ਯਾਰ ਬਣ ਕੇ, ਜੇ ਯਾਰ ਕਿਹਾ ਤਾਂ ਭੈਣ ਨੂੰ ਭੈਣ ਸਮਝੋ, ਭਾਬੀ ਨੂੰ ਭਾਬੀ, ਸਾਰਾ ਮਤਲਬ ਉਸ ਤਰ੍ਹਾਂ ਦਰਸਾਇਆ ਗਿਆ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਬਾਕੀ ਸਾਰੇ ਜਣੇ ਆਉਣ ਮੂਵੀ ਦੇਖਣ, ਬਹੁਤ ਸੋਹਣੀ ਮੂਵੀ ਹੈ, ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ, ਸੇਧ ਵਾਲੀ ਮੂਵੀ ਆ। ਜੇ ਤਾਂ ਦੇਖੋ ਹੁਣ ਪੱਖ ਦੋ ਹੀ ਹੁੰਦੇ ਆ, ਜਿਹਨੇ ਸੇਧ ਲੈਣੀ ਉਹਨੇ ਸੇਧ ਲੈ ਕੇ ਚੱਲ ਜਾਣਾ, ਜਿਹਨੇ ਮਾੜਾ ਕਹਿਣਾ ਉਹਨੇ ਮਾੜਾ ਵੀ ਕਹਿਣਾ, ਜਿਹਨੇ ਚੰਗਾ ਕਹਿਣਾ ਉਹਨੇ ਚੰਗਾ ਕਹਿਣਾ, ਬਟ ਆਪਾਂ ਚੰਗਾ ਕਹਾਂਗੇ। ਪੰਜੋਂ ਕਿੰਨੇ ਨੰਬਰ ਦਊਂਗੇ? ਪੰਜੋਂ ਚਾਰ। ਧੰਨਵਾਦ, ਥੈਂਕ ਯੂ ਬਾਈ ਜੀ, ਥੈਂਕ ਯੂ। ਹਾਂਜੀ, ਕਿੱਦਾਂ ਲੱਗੀ ਬਾਈ ਮੂਵੀ? ਵਧੀਆ ਲੱਗੀ ਜੀ ਮੂਵੀ, ਉਹਦੇ 'ਚ ਬਹੁਤ ਕੁਛ ਸਿੱਖਣ ਨੂੰ ਮਿਲਿਆ, ਸਮਝਣਾ ਚਾਹੀਦਾ। ਮੂਵੀ ਫੈਮਿਲੀ ਮੂਵੀ ਆ, ਅਤੇ ਗੱਲ ਤਾਂ ਇਹ ਆ ਵੀ ਉਹ ਭੈਣ ਨੂੰ ਭੈਣ ਸਮਝਣਾ ਚਾਹੀਦਾ, ਜਿਹੜਾ ਉਹਦੇ 'ਚ ਉਹੀ ਦਿਖਾਇਆ ਐਂਡ 'ਤੇ, ਫਿਰ ਉਹਦਾ ਦੇਖ ਲਓ ਡੀ ਐਂਡ ਐਂਡ ਮਾੜਾ ਹੋਇਆ, ਉਹਨੇ ਵਧੀਆ ਕਰਿਆ, ਇਹਦੇ 'ਚ ਸਿੱਖਣ ਨੂੰ ਕੁਛ ਮਿਲਦਾ ਜੀ, ਵਧੀਆ ਮੂਵੀ ਹੈ। ਕੀ ਲੱਗਦਾ ਤੁਹਾਨੂੰ, ਤੁਹਾਡੇ ਹਿਸਾਬ ਨਾਲ ਜਿਹੜਾ ਅੱਜ ਦਾ ਜਿਹੜਾ ਸਮਾਂ ਅਤੇ ਜਾਂ ਪੁਰਾਣਾ ਸਮਾਂ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਬੜਾ ਫਰਕ ਪੈ ਗਿਆ? ਹਾਂਜੀ ਹਾਂਜੀ, ਉਹਦਾ ਸਾਰਾ ਕੁਛ ਪੁਰਾਣਾ ਦਿਖਾਇਆ ਵਾ, ਸਾਰਾ ਉਵੇਂ ਕਲਚਰ ਪਹਿਲਾਂ ਦੇਖ ਲਓ ਵਧੀਆ ਉਵੇਂ ਸੀਗਾ, ਹੁਣ ਸਮੇਂ ਦੇ ਨਾਲ ਹੁਣ ਚੇਂਜ ਹੁੰਦਾ ਜਾਂਦਾ, ਹੁਣ ਦੇ ਹਿਸਾਬ ਨਾਲ ਤਾਂ ਉਦੋਂ ਪਤਾ ਹੀ ਸੀ ਉਦੋਂ ਬਰਾਤਾਂ ਕਿਵੇਂ ਜਾਂਦੀਆਂ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਹੀ ਆ, ਵਿਆਹ ਇੱਕ ਦਿਨ ਦਾ ਵਿਆਹ ਹੁੰਦਾ, ਸਿੱਧਾ ਹੀ ਵਟਸਐਪ 'ਤੇ ਕਾਰਡ ਭੇਜਦੇ, ਪੈਲਸ ਜਾਂਦੇ ਘਰੋ ਘਰੀ ਸਾਰੇ। ਹਾਂਜੀ, ਜੇ ਆਪਾਂ ਰੋਲ ਦੀ ਗੱਲ ਕੀ, ਸਭ ਤੋਂ ਵਧੀਆ ਰੋਲ ਕਿਹਦਾ ਲੱਗਿਆ? ਸਭ ਤੋਂ ਵਧੀਆ ਰੋਲ ਬੱਬੂ ਮਾਨ ਦਾ ਸੀਗਾ ਮੇਨ, ਯਾਨੀ ਕਿ ਵਧੀਆ ਸੀਗਾ। ਹਾਂਜੀ, ਦੂਜੇ ਵੀ ਜਿਹੜੇ ਸਾਰਿਆਂ ਦੀ ਟੀਮ ਵੀ ਵਧੀਆ ਕੰਮ ਕੀਤਾ ਜੀ। ਹਾਂਜੀ, ਧੰਨਵਾਦ ਜੀ। ਹਾਂਜੀ, ਕਿੱਦਾਂ ਲੱਗਿਆ ਜੀ? ਹਾਂਜੀ, ਬਹੁਤ ਵਧੀਆ ਜੀ ਫਿਲਮ। ਫਿਲਮ ਇੱਕ ਬਹੁਤ ਵਧੀਆ ਲੈਸਨ ਦੇ ਕੇ ਜਾਂਦੀ ਹੈ ਜੀ, ਵੀ ਜਿੱਦਾਂ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਯਾਰੀ ਦੋਸਤੀ ਹੈ, ਯਾਰੀ ਦੋਸਤੀ ਬੰਦਾ ਕਹਿਣਾ ਸੌਖਾ, ਪਗਾਣੀ ਬਹੁਤ ਔਖੀ ਹੈ ਜੀ। ਅਤੇ ਬਾਕੀ ਜਿਹੜੀਆਂ, ਮੈਂ ਇੱਕ ਆਪਣੀਆਂ ਭੈਣਾਂ ਅਤੇ ਕੁੜੀਆਂ ਨੂੰ ਵੀ ਬੇਨਤੀ ਕਰਾਂਗਾ ਵੀ ਉਹ ਵੀ ਜ਼ਰੂਰ ਇਹ ਫਿਲਮ ਆ ਕੇ ਦੇਖਣ। ਚਲੋ, ਬਾਕੀ ਤਾਂ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਕੁੜੀ ਘਰ ਪੱਟ ਦਿੰਦੀ ਹੈ, ਇਹ ਫਿਲਮ 'ਚ ਬਹੁਤ ਉਹਨਾਂ ਨੇ ਵਧੀਆ ਤਰ੍ਹਾਂ ਐਕਸਪਲੇਨ ਕੀਤਾ। ਇਹ ਫਿਲਮ ਸਾਰਿਆਂ ਨੂੰ, ਛੋਟੇ ਤੋਂ ਲੈ ਕੇ ਵੱਡਿਆਂ ਤੱਕ, ਆਪਣੀ ਏਜ ਦੇ ਜ਼ਰੂਰ ਦੇਖਣੀ ਚਾਹੀਦੀ, ਕਿਤੇ ਨਾ ਕਿਤੇ ਸੇਧ ਮਿਲੂਗੀ ਮਤਲਬ। ਬਿਲਕੁਲ ਜੀ, ਬਿਲਕੁਲ। ਨਾਲੇ ਉਹਨਾਂ ਨੇ ਯਾਰੀ ਦੋਸਤੀ ਦਾ ਵੀ ਦਿਖਾਇਆ ਵੀ ਬਗਾਨਿਆਂ ਜਿੰਨਾ ਦਮ ਨਹੀਂ ਹੁੰਦਾ, ਹਮੇਸ਼ਾ ਆਪਣੇ ਨੂੰ ਆਪਣਾ ਹੀ ਪੱਟਦਾ, ਇਹ ਵੀ ਇੱਕ ਸੇਖ ਦਿੱਤੀ ਉਹਨਾਂ ਨੇ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ
ਵੀ ਪਲੀਜ਼ ਇੱਕ ਵਾਰੀ ਇਹ ਫਿਲਮ ਜ਼ਰੂਰ ਦੇਖੋ, ਆਪਾਂ ਅੱਗੇ ਪਿੱਛੇ ਵੀ ਦੇਖਦੇ ਹਾਂ ਕੁੱਟ ਮਾਰੀਏ ਉਹ, ਬਟ ਇਹ ਫਿਲਮ ਇੱਕ ਲੈਸਨ ਦੇ ਕੇ ਜਾਂਦੀ ਹੈ ਜੀ, ਇਹ ਜ਼ਰੂਰ ਦੇਖਣੀ ਚਾਹੀਦੀ ਹੈ। ਹਾਂਜੀ ਬਾਈ ਕਿੱਦਾਂ ਲੱਗੀ ਫਿਰ? ਬਹੁਤ ਵਧੀਆ ਜੀ, ਬਹੁਤ ਕਮਾਲ। ਸੋ ਹਮੇਸ਼ਾ ਹੀ ਉਡੀਕ ਰਹਿੰਦੀ ਹੈ ਬੱਬੂ ਮਾਨ ਦੇ ਜਿਹੜੇ ਫੈਨਸ ਨੇ, ਉਹਨਾਂ ਨੂੰ ਤਾਂ ਖਾਸ ਤੌਰ 'ਤੇ ਉਡੀਕ ਰਹਿੰਦੀ ਹੈ ਕਿ ਉਹਨਾਂ ਦਾ ਗੀਤ ਆਵੇ, ਕੋਈ ਮੂਵੀ ਆਵੇ, ਪਰ ਇਹ 5-6 ਸਾਲ ਦਾ ਗੈਪ ਸੀ, ਗੈਪ ਬਹੁਤ ਵੱਡਾ ਸੀਗਾ। ਅਤੇ ਮੇਨ ਵੱਡੀ ਗੱਲ ਸੀ ਕਿ ਅਮਤੋਜ਼ ਮਾਨ ਉਹਨਾਂ ਦੀ ਡਾਇਰੈਕਸ਼ਨ, ਅਮਤੋਜ਼ ਮਾਨ ਉਹਨਾਂ ਐਸੇ ਹੀ ਡਾਇਰੈਕਸ਼ਨ ਦਿੰਦੇ ਆ, ਐਸਾ ਕੰਮ ਕਰਦੇ, ਉਹ ਆਪਣਾ ਹੋਮਵਰਕ ਤਿਆਰ ਕਰਦੇ ਆ, ਪਹਿਲਾਂ ਉਹ ਤਿਆਰ ਕਰਦੇ ਆ ਕਿ ਕਿਸ ਤਰ੍ਹਾਂ ਦੀ ਵਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਮੇਲੇ ਦੇ ਵਿੱਚ ਜੇ ਜਾਣਾ ਤਾਂ ਉਸ ਤਰ੍ਹਾਂ ਦਾ ਉਹ ਕੋਸਟਿਊਮ ਕਿਹੋ ਜਿਹਾ ਹੋਣਾ ਚਾਹੀਦਾ, ਤੁਰਨਾ ਫਿਰਨਾ ਕਿਹੋ ਜਿਹਾ ਹੋਣਾ ਚਾਹੀਦਾ, ਬੋਲਚਾਲ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ, ਉਹ ਕਲਚਰ ਪੂਰਾ ਦਰਸਾਉਣਾ ਇੱਕ ਵੱਡੀ ਬਹੁਤ ਵੱਡੀ ਜ਼ਿੰਮੇਵਾਰੀ ਸੀ। ਸੋ ਉਸ ਨੂੰ ਬਾਖੂਬੀ ਨਿਭਾਇਆ ਉਹਨਾਂ ਨੇ ਜੀ। ਮਤਲਬ ਕਹਿ ਦਈਏ ਵੀ ਆਪਾਂ ਹੰਡੇ ਹੋਏ ਡਾਇਰੈਕਟਰ ਜੀ ਨੂੰ ਕਹਿ ਦਈਏ। ਯੈਸ 100%, ਉਹਨਾਂ ਤੋਂ ਇਹੀ ਆਸ ਰੱਖੀ ਜਾ ਰਹੀ ਆ, ਕਿਉਂਕਿ ਜਦੋਂ ਅਮਤੋਜ਼ ਮਾਨ ਕੋਈ ਐਸਾ ਕੰਮ ਕਰਦੇ ਆ, ਜਦੋਂ ਉਹ ਟਾਈਮਬੱਧ ਕਰਦੇ ਆ, ਪਰ ਜਦੋਂ ਕੰਮ ਕਰਦੇ ਆ ਫਿਰ ਉਹ ਬਰੀਕੀਆਂ 'ਤੇ ਬਹੁਤ ਉਹਨਾਂ ਦਾ ਧਿਆਨ ਹੁੰਦਾ ਕਿ ਕੋਈ ਐਸੀ ਚੀਜ਼ ਰਹਿ ਨਾ ਜਾਵੇ ਜਿਹਦੇ ਕਰਕੇ ਬਾਅਦ 'ਚ ਅਗਲਾ ਕਹੇ ਕਿ ਨਹੀਂ ਯਾਰ ਐਂ ਨਹੀਂ, ਐਂ ਹੋਣਾ ਚਾਹੀਦਾ ਸੀ। ਜੇ ਆਪਾਂ ਗੱਲ ਕੀਤੀ ਜਾਵੇ ਫਿਲਮ ਦੀ, ਰੋਲ ਸਭ ਤੋਂ ਵਧੀਆ ਤੁਹਾਡੇ ਹਿਸਾਬ ਨਾਲ? ਵੈਸੇ ਤਾਂ ਚਲੋ ਬੱਬੂ ਮਾਨ ਦਾ ਨੋ ਡਾਊਟ, ਬਟ ਹੋਰ ਤੁਹਾਨੂੰ ਉਹ ਤੋਂ ਇਲਾਵਾ ਕਿਹਦਾ ਰੋਲ ਵਧੀਆ? ਬਿਲਕੁਲ ਜੀ, ਸਾਰਿਆਂ ਦੇ ਰੋਲ ਕਮਾਲ ਸੀਗਾ। ਜੇ ਸਰਬਜੀਤ ਚੀਮੇ ਉਹਨਾਂ ਦਾ ਕਹੀਏ ਤਾਂ ਸਰਬਜੀਤ ਚੀਮਾ, ਬੱਬੂ ਮਾਨ ਐਂਡ ਅਮਤੋਜ਼ ਮਾਨ, ਇਹਨਾਂ ਦੀ ਤਿਕੜੀ ਜਦੋਂ ਰਲਦੀ ਹੈ ਨਾ, ਉਹ ਪਿਛਲੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਅਤੇ ਇਸ ਫਿਲਮ ਦੇ ਵਿੱਚ ਵੀ ਬਹੁਤ ਕਮਾਲ ਸੀ, ਬਹੁਤ ਕਮਾਲ। ਪਰ ਜੇ ਆਪਾਂ ਗੱਲ ਆਪਣੇ ਕਲਚਰ ਦੀ ਕੀਤੀ ਜਾਵੇ ਪੁਰਾਣੇ ਦੀ, ਉਹ ਵਿਆਹਾਂ ਦੇ ਦੌਰ ਜਾਂ ਆਪਾਂ ਐਵੇਂ ਨਹੀਂ ਵੀਰ ਕਿਸੇ ਨੂੰ ਕਹਿ ਦੇਣਾ ਪੱਗਾਂ ਵਟਾਉਣੀਆਂ, ਉਹਨੂੰ ਤੁਸੀਂ ਕਿੱਦਾਂ ਦੇਖਦੇ? ਹਾਂ, ਜਿਹੜੀ ਇਹ 'ਚ ਇੱਕ ਚੀਜ਼ ਦਿਖਾਈ ਗਈ ਸੀ ਕਿ ਪੱਗ ਵੱਟ ਯਾਰ ਜਿਹੜੇ ਬਣਾਉਂਦੇ ਸੀ, ਪੱਗ ਵੱਟ ਭਰਾ ਬਣ ਜਾਂਦੇ ਸੀ, ਪੱਗਾਂ ਵਟਾਈਆਂ ਜਾਂਦੇ ਸੀ, ਉਹਦੀ ਲਾਜ ਰੱਖਣ ਦੀ ਗੱਲਬਾਤ ਵੀ ਆ ਕਿ ਪੱਗ ਮੈਂ ਵਾਪਸ ਲੈਣਾ ਹੈ, ਇੱਕ ਉਹਦਾ ਡਾਇਲੋਗ ਸੀ ਵੀ ਤੂੰ ਉਹਦੀ ਲਾਜ ਨਹੀਂ ਰੱਖੀ, ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ ਤਾਂ ਫਿਰ ਕੀ ਬਣਦਾ, ਵੀ ਤੈਨੂੰ ਉਹਦੀ ਮੈਂ ਜ਼ਿੰਮੇਵਾਰੀ ਸਾਂਭ ਕੇ ਗਿਆ ਸੀ, ਪਰ ਯਾਰੀ ਦੇ ਵਿੱਚ ਜਦ ਕੋਈ ਦਗਾ ਕਮਾਉਂਦਾ, ਉਹਦੀ ਗੱਲਬਾਤ ਬਖੂਬੀ ਦਿਖਾਈ ਗਈ ਹੈ ਇਸ ਫਿਲਮ 'ਚ। ਤੁਸੀਂ ਕੀ ਕਹੋਗੇ ਬਾਈ ਜੀ, ਤੁਸੀਂ ਵੀ ਦੇਖਿਆ ਜਿਵੇਂ ਬਾਈ ਜੀ ਹੁਣਾਂ ਨੇ ਤਾਂ ਦੱਸਤੇ ਆਪਣੇ, ਤੁਸੀਂ? ਹਾਂਜੀ ਹਾਂਜੀ, ਮੈਨੂੰ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਬੱਬੂ ਮਾਨ ਸਾਹਿਬ ਦੀ ਮੂਵੀ ਦਾ, ਕਿਉਂਕਿ ਹਸ਼ਰ ਅਤੇ ਹਮਾਇਤ ਤੋਂ ਬਾਅਦ ਇੱਕ ਇਹ ਵੱਡੀ ਮੂਵੀ ਆ, ਅਤੇ ਮੈਂ ਵੈਸੇ ਵੀ ਬੱਬੂ ਮਾਨ ਸਾਹਿਬ ਦੇ ਗੀਤ ਵਗੈਰਾ ਬਹੁਤ ਸੁਣਦਾ, ਅਤੇ ਮੈਨੂੰ ਵੀ ਇੰਤਜ਼ਾਰ ਸੀਗਾ ਮੂਵੀ ਦਾ ਇਹ ਵੇਖਣ ਦਾ। ਪਰ ਜੇ ਗੱਲ ਕੀਤੀ ਜਾਵੇ ਜਿਵੇਂ ਬਾਈ ਹੁਣਾਂ ਨੇ ਦੱਸਿਆ ਵੀ ਬਰੀਕੀ ਦੇ ਵਿੱਚ ਜਿਵੇਂ ਅਮਤੋਜ਼ ਮਾਨ ਦੀ ਜਿਹੜੀ ਡਾਇਰੈਕਸ਼ਨ ਹੈ, ਪਹਿਲਾਂ ਵੀ ਆਪਾਂ ਹਵਾਏ ਵੇਲੇ ਵੀ ਦੇਖੀ ਆ, ਉਹ ਪੂਰੀ ਗਹਿਰਾਈ ਦੇ ਵਿੱਚ ਜਾ ਕੇ ਖੋਜ ਕਰਦੇ ਆ ਪਹਿਲਾਂ, ਔਰ ਜਿਸ ਤਰ੍ਹਾਂ ਉਹਨਾਂ ਨੇ ਦੇਖੋ ਕੋਈ ਗਲਤੀ ਨਹੀਂ, ਜਿਹਨੂੰ ਕਹਿ ਦਈਏ ਪੁਰਾਣਾ ਸਮਾਂ, ਚਾਹੇ ਘੋੜੀਆਂ ਦਾ ਹੋਵੇ, ਗੱਡਿਆਂ 'ਤੇ ਬਰਾਤ ਲੈ ਕੇ ਜਾਣੀ ਹੋਵੇ, ਕੱਚੇ ਘਰ ਹੋਣ, ਬਾਖੂਬੀ ਉਹਨਾਂ ਨੇ ਕੀਤਾ। ਤੁਹਾਨੂੰ ਉਹਦੇ ਵਿੱਚੋਂ ਕਿਹੜਾ ਪਾਰ ਸਭ ਤੋਂ ਜੇ ਮਤਲਬ ਖਿੱਚਦਾ ਕੇਂਦਰ ਜਿਹਨੂੰ? ਜਿਵੇਂ ਜਿਹੜੀਆਂ ਡਾਂਗਾਂ ਸੁੱਟਣ ਜਿਹੜੀ ਲੜਾਈ ਕਰਵਾਈ ਅਮਤੋਜ਼ ਮਾਨ ਸਾਹਿਬ ਨੇ, ਉਹ ਵੇਖੀਏ ਤਾਂ ਬਿਲਕੁਲ ਫੇਕ ਨਹੀਂ ਲੱਗ ਰਹੀ ਸੀ, ਬਿਲਕੁਲ ਨੈਚੁਰਲ, ਜਿਵੇਂ ਪੁਰਾਣੇ ਸਮੇਂ 'ਚ ਲੋਕ ਲੜਦੇ ਸੀਗੇ ਮੇਲਿਆਂ ਦੇ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ, ਚਲੋ ਕਹਿ ਲਓ ਜਿਵੇਂ ਕਿਸੇ ਇੱਜ਼ਤ ਦੀ ਖਾਤਰ ਲੜਦੇ ਸੀ ਜਾਂ ਕਿਸੇ ਹੋਰ ਅਣਖ ਦੀ ਖਾਤਰ ਲੜਦੇ ਸੀਗੇ, ਉਹ ਬਿਲਕੁਲ ਉਹਨਾਂ ਨੇ ਬਾਈ ਜੀ ਨੇ ਅਮਤੋਜ਼ ਮਾਨ ਸਾਹਿਬ ਨੇ ਪੂਰੀ ਮਿਹਨਤ ਕਰਕੇ ਪੂਰੀ ਪ੍ਰੈਕਟਿਸ ਦੇ ਨਾਲ ਬਿਲਕੁਲ ਨੈਚੁਰਲ ਲੱਗਿਆ ਮੈਨੂੰ ਉਹ। ਧੰਨਵਾਦ ਬਾਈ ਜੀ, ਥੈਂਕ ਯੂ, ਥੈਂਕ ਯੂ, ਓਕੇ। ਸੋ ਹਰਜਿੰਦਰ ਬਾਈ, ਮੂਵੀ ਦੇਖ ਕੇ ਨਿਕਲੇ ਹਾਂ, ਔਰ ਬੱਬੂ ਮਾਨ ਬਾਈ ਦੇ ਬੜੇ ਲੰਬੇ ਟਾਈਮ ਤੋਂ ਜਿਹੜੀ ਕਹਿੰਦੇ ਵੇਟ ਹੋ ਰਹੀ ਸੀਗੀ, ਔਰ ਉਹਨਾਂ ਦੀ ਫੈਨ ਫੋਲੋਇੰਗ ਜਿਸ ਤਰੀਕੇ ਨਾਲ ਹੈਗੀ, ਲੋਕ ਕ੍ਰੇਜ਼ੀ ਨੇ ਜਿਹਨੂੰ ਕਹਿ ਦਈਏ, ਮਾਸ ਜਿਹੜੇ ਹੀਰੋ ਨੇ, ਕੀ ਕਹਿਣਾ ਚਾਹੂੰਗੇ? ਪਹਿਲਾਂ ਤਾਂ ਗਰੇਵਾਲ ਸਾਹਿਬ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਆਪਣੀ ਜੀ ਮੀਡੀਆ ਗਰੁੱਪ ਅਤੇ ਆਪਣੀ ਸਾਗਾ ਮਿਊਜ਼ਿਕ ਦੇ ਵੱਲੋਂ ਜਿਹੜੀ ਅੱਜ ਅਸੀਂ ਸਪੈਸ਼ਲ ਸਕਰੀਨਿੰਗ ਰੱਖੀ ਸੀ ਇੱਥੇ ਟੋਰਾਂਟੋ ਵਾਲੇ ਸ਼ੋਅ ਦੀ, ਉੱਥੇ ਤੁਸੀਂ ਵੀ ਪਹੁੰਚੇ, ਹੋਰ ਮੀਡੀਆ ਸਾਰਾ ਪਹੁੰਚਿਆ, ਸਾਡੇ ਗੈਸਟ ਪਹੁੰਚੇ, ਸਾਡੇ ਮੀਡੀਆ ਤੋਂ ਬਹੁਤ ਸਾਰੇ ਸੱਜਣ ਪਹੁੰਚੇ, ਉਹਨਾਂ ਦਾ ਧੰਨਵਾਦ। ਸੋ ਦੂਸਰੀ ਗੱਲ ਇਹ ਆ, ਜਦੋਂ ਆਪਾਂ ਫਿਲਮ ਦੁਨੀਆ ਦੀ, ਫਿਲਮੀ ਦੁਨੀਆ ਦੀ ਗੱਲ ਕਰਦੇ ਹਾਂ, ਤਾਂ ਕਈ ਵਾਰੀ ਜੋੜੀਆਂ ਦੇ ਵਿੱਚ ਜਦੋਂ ਜੇ ਦੇਖਣਾ ਹੋਵੇ ਤਾਂ ਬੱਬੂ ਮਾਨ ਅਤੇ ਅਮਤੋਜ਼ ਮਾਨ ਦੀ ਜੋੜੀ ਜਿਹੜੀ ਆ, ਉਹ ਇੱਕ ਇੱਦਾਂ ਦੀ ਜੋੜੀ ਹੈ ਜਿਹਦਾ ਇੰਤਜ਼ਾਰ ਸੱਚਮੁੱਚ ਕੀਤਾ ਜਾਂਦਾ। ਸੋ ਉਹੀ ਸਫ਼ਰ, ਉਹੀ ਜਿਹੜਾ ਇੱਕ ਉਹਨਾਂ ਦੀ ਆਪਸ ਦੇ ਵਿੱਚ ਕੈਮਿਸਟਰੀ ਆ, ਕਿਉਂਕਿ ਉਹ ਆਪਸ ਦੇ ਵਿੱਚ ਜਿਵੇਂ ਇੱਥੇ ਤੁਸੀਂ ਸੁੱਚੇ ਸੂਰਮੇ ਅਤੇ ਘੁੱਕਰ ਦੀ ਜਿਹੜੀ ਜੋੜੀ ਦੀ ਗੱਲ ਕਰਦੇ ਹੋ ਜਾਂ ਉਹ ਕੰਪੈਟੇਬਿਲਟੀ ਦੀ ਗੱਲ ਕਰਦੇ ਹੋ, ਉਹ ਆਫ ਦੀ ਸਟੇਜ ਅਮਤੋਜ਼ ਬਾਈ ਅਤੇ ਬੱਬੂ ਮਾਨ ਹੋਰਾਂ ਦੀ ਵੀ ਰਹੀ ਹੈ, ਉਹ ਆਪਸ ਦੇ ਵਿੱਚ ਲੜਦੇ ਝਗੜਦੇ ਵੀ ਨੇ, ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕੰਪੈਟੇਬਲ ਵੀ ਨੇ, ਉਹ ਇਸ ਫਿਲਮ 'ਚ ਦੇਖਣ ਨੂੰ ਲੱਗਦਾ ਵੀ ਆ। ਅਤੇ ਆਮ ਤੌਰ 'ਤੇ ਆਪਾਂ ਇਹ ਵੀ ਗੱਲ ਸੁਣਦੇ ਹਾਂ ਕਿ ਯਾਰ ਵੀ ਜੇ ਬੱਬੂ ਮਾਨ ਹੋਰਾਂ ਦੇ ਕੋਲੋਂ ਜੇ ਇੱਦਾਂ ਦਾ ਕੰਮ ਕਰਵਾਉਣਾ ਤਾਂ ਸ਼ਾਇਦ ਉਹ ਅਮਤੋਜ਼ ਮਾਨ ਹੁਣੀ ਹੀ ਕਰਵਾ ਸਕਦੇ ਆ,
ਸੋ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਬੱਬੂ ਮਾਨ ਜਿੱਦਾਂ ਦੇ ਬੱਬੂ ਮਾਨ ਦਾ ਰੋਲ ਜਾਂ ਉਹਨਾਂ ਦਾ ਆਪਾਂ ਉਹਨਾਂ ਦੇ ਫੈਨ ਜਿਹੜੇ ਆ ਤਵੱਕੋਂ ਕਰਦੇ ਆ ਉਸੇ ਤਰ੍ਹਾਂ ਦਾ ਰੋਲ ਹੈ, ਉਸ ਤੋਂ ਵੀ ਵੱਧ ਕੇ ਰੋਲ ਹੈ, ਉਹ ਉਹਨਾਂ ਨੂੰ ਜੱਚਦਾ ਵੀ ਹੈ। ਫਿਰ ਸੇਮ ਟਾਈਮ ਦੇ ਉੱਪਰ ਮੁਬਾਰਕਬਾਦ ਦਿੰਦੇ ਹਾਂ ਆਪਾਂ ਜਗ ਸਿੰਘ ਬਾਈ ਨੂੰ ਜਿਹਨੇ ਘੁੱਕਰ ਦਾ ਰੋਲ ਕੀਤਾ, ਉਹ ਆਪਣੇ ਰੋਲ ਦੇ ਵਿੱਚ ਇੰਨਾ ਜ਼ਿਆਦਾ ਉਸ ਬੰਦੇ ਨੇ ਇਨਸਾਫ ਕੀਤਾ ਕਿ ਮੈਂ ਸਮਝਦਾ ਕਿ ਉਹਨੂੰ ਵੀ 100/100 ਨੰਬਰ ਦੇਣੇ ਬਣਦੇ ਆ। ਫਿਰ ਸਾਡੇ ਵੱਡੇ ਵੀਰ ਸਰਬਜੀਤ ਚੀਮਾ ਬਾਈ ਹੋਰਾਂ ਨੇ ਜੋ ਉਹਨਾਂ ਦਾ ਰੋਲ ਸੀ, ਜਿੱਦਾਂ ਦਾ ਉਹਨਾਂ ਦਾ ਕਿਰਦਾਰ ਸੀ, ਜਿਸ ਤਰ੍ਹਾਂ ਦੀ ਉਹਨਾਂ ਦੀ ਇੱਕ ਛਵੀ ਹੋਣੀ ਚਾਹੀਦੀ ਸੀ ਇਸ ਫਿਲਮ ਦੇ ਵਿੱਚ, ਉਹ ਉੱਦਾਂ ਦੇ ਦੇਖਣ ਨੂੰ ਸਾਨੂੰ ਮਿਲੇ ਆ। ਫਿਰ ਨਾਲ ਅਗਲੇ ਕਿਰਦਾਰ ਹਰਿੰਦਰ ਭੁੱਲਰ ਸਾਡਾ ਵੀਰ ਹੈ, ਉਹਨਾਂ ਨੇ ਜੋ ਕੰਮ ਕਰਨਾ ਸੀ, ਜਿੱਦਾਂ ਦਾ ਉਹਨਾਂ ਨੂੰ ਕਿਰਦਾਰ ਦਿੱਤਾ ਗਿਆ ਸੀ, ਜਿੱਦਾਂ ਦੀ ਉਹਦੀ ਭੂਮਿਕਾ ਸੀ, ਤੁਸੀਂ ਦੇਖੋਗੇ ਉਹ 100/100 ਲੈ ਗਏ। ਮਹਾਂਵੀਰ ਭੁੱਲਰ ਬਾਈ ਹੋਰੀ ਜਦੋਂ ਪਰਦੇ 'ਤੇ ਆਉਂਦੇ ਆ ਉਹ ਆਪਣਾ ਰੂਪ ਇੱਕ ਵੱਖਰਾ ਦਿਖਾਉਂਦੇ ਆ, ਬਲਬੀਰੋ ਭਾਬੀ ਦਾ ਰੋਲ ਦੀ ਗੱਲ ਕਰ ਲਈਏ ਜਾਂ ਪੂਰੋ ਦੀ ਗੱਲ ਕਰ ਲਈਏ, ਹਰ ਬੰਦੇ ਨੇ ਆਪੋ ਆਪਣੇ ਰੋਲ ਦੇ ਨਾਲ ਇੱਕ ਤਾਂ ਜਸਟੀਫਾਈ ਕੀਤਾ। ਸੋ ਗੱਲ ਕੱਟ ਰਿਹਾ ਪਰ ਜੇ ਆਪਾਂ ਗੱਲ ਕੀਤੀ ਜਾਵੇ, ਜਿਵੇਂ ਆਪਾਂ ਕਹੀਏ ਵੀ ਰੋਲ, ਜਿਹੜੇ ਡਾਇਰੈਕਟਰ ਚੰਗਾ ਡਾਇਰੈਕਟਰ ਹੁੰਦਾ ਉਹ ਸਭ ਨੂੰ ਆਪਣੀ ਆਪਣੀ ਜਗ੍ਹਾ ਵਧੀਆ ਤਰੀਕੇ ਨਾਲ ਫਿੱਟ ਕਰਦਾ, ਔਰ ਪਰ ਜੇ ਆਪਾਂ ਗੱਲ ਕਲਚਰ ਦੀ ਕੀਤੀ ਜਾਵੇ ਇਹਦੇ 'ਚ ਸੁੱਚਾ ਸੂਰਮਾ ਸਭ ਦੇ ਜਮਾਨ 'ਤੇ ਆ, ਸਭ ਨੂੰ ਪਤਾ, ਜਿਹੜੇ ਪੁਰਾਣੇ ਲੋਕ ਨੇ ਨਵੇਂ ਬੱਚਿਆਂ ਤੋਂ ਸ਼ਾਇਦ ਘੱਟ ਪਤਾ ਹੋਵੇ ਉਹਨਾਂ ਨੂੰ ਤਾਂ ਜ਼ਰੂਰ ਇਹ ਦੇਖਣੀ ਚਾਹੀਦੀ ਹੈ ਵੀ ਕੀ ਸੀ। ਪਰ ਜੇ ਗੱਲ ਕੀਤੀ ਜਾਵੇ ਉਹ ਕਲਚਰ ਸਾਡਾ ਬਰਾਤ ਜਾਣੀ ਘੋੜਿਆਂ 'ਤੇ ਹੈ ਜੀ, ਰੇੜਿਆਂ 'ਤੇ, ਫਿਰ ਕਿਸੇ ਜੇ ਪੱਗ ਵਟਾਈ ਹੈ ਤਾਂ ਉਹਦਾ ਮਤਲਬ ਕੀ ਹੁੰਦਾ, ਇਹਨੂੰ ਦੇਖੋ ਕਿਸ ਤਰ੍ਹਾਂ ਬਾਖੂਬੀ, ਤੁਸੀਂ ਕਿਸ ਤਰ੍ਹਾਂ ਨਜ਼ਰੀ। ਭੁਪਿੰਦਰ ਬਾਈ, ਮੈਂ ਨਾ ਅੱਗੇ ਵੀ ਜਿੰਨੀਆਂ ਵੀ ਹੋਰ ਇੱਕ ਦੋ ਇੰਟਰਵਿਊਜ਼ ਕੀਤੀਆਂ ਤਾਂ ਮੈਂ ਉੱਥੇ ਇੱਕ ਗੱਲ ਕੋਟ ਕੀਤੀ ਆ ਵੀ ਮੇਰੇ ਦੋਨੇ ਛੋਟੇ ਬੇਟੇ ਅਰਮਾਨ ਅਤੇ ਇਸ਼ਾਨ ਅਤੇ ਇਸ ਫਿਲਮ ਨੂੰ ਦੇਖਣ ਆਏ ਸੀ, ਪਰ ਅਜੇ ਤੱਕ ਮੈਂ ਉਹਨਾਂ ਨੂੰ ਨਹੀਂ ਮਿਲਿਆ ਫਿਲਮ ਦੇਖਣ ਤੋਂ ਬਾਅਦ। ਸਹਿਜ ਨੇ ਅਜੇ ਦੇਖਣੀ ਆ, ਉਹ ਵੱਡਾ ਬੇਟਾ ਹੈ 15 ਸਾਲ ਦਾ, ਪਰ ਮੈਨੂੰ ਇੰਨਾ ਯਕੀਨ ਹੈ, ਮੈਂ ਉਹ ਰੈਫਰੈਂਸ ਤਾਂ ਦਿੱਤੇ ਆਪਣੇ ਬੱਚਿਆਂ ਦੇ ਕਿ ਇਸ ਏਜ ਦੇ ਜਿਹੜੇ 9-10 ਸਾਲ ਦੇ ਬੱਚੇ ਜਾਂ 12-15-18 ਸਾਲ ਦੇ ਜਿਹੜੇ ਬੱਚੇ ਹੋਣਗੇ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਆਓਗੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ, ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸਵਾਲ ਹੋਣੇ ਆ ਜਿਹਨਾਂ ਦਾ ਤੁਹਾਨੂੰ ਜਵਾਬ ਦੇਣਾ ਪੈਣਾ। ਜਵਾਬ ਇਨ ਅ ਸੈਂਸ ਵੀ ਉਹ ਪੁੱਛ ਸਕਦੇ ਆ, ਉਹ ਪੁੱਛਣਗੇ ਕਿ ਹਾਂ ਇਹ ਇੱਦਾਂ ਦਾ ਵਿਆਹ ਦੀਆਂ ਰਸਮਾਂ ਕਿੱਦਾਂ ਦੀਆਂ ਸੀ, ਆ ਜਿਹੜੇ ਕੱਚੇ ਘਰ ਪੁਰਾਣਾ ਜਿਸ ਤਰੀਕੇ ਦਾ ਮਾਹੌਲ ਦਿਖਾਇਆ ਗਿਆ ਉਹ ਕਿੱਦਾਂ ਹੁੰਦਾ ਸੀਗਾ, ਕਿਉਂਕਿ ਉਹ ਤਾਂ ਉਹਨਾਂ ਨੇ ਪਹਿਲਾਂ ਸ਼ਾਇਦ ਉੱਦਾਂ ਦਾ ਨਾ ਹੰਢਾਇਆ ਨਾ ਦੇਖਿਆ। ਫਿਰ ਤੁਸੀਂ ਗੱਲ ਕੀਤੀ ਛੋਟੇ ਛੋਟੇ ਜਿਹੜੇ ਆਪਾਂ ਗੱਲ ਕਰਦੇ, ਮੈਂ ਇੱਕ ਜੇ ਕੋਟ ਕਰਾਂ ਗੱਲ ਵੀ ਜਿਹੜਾ ਉਹ ਬਾਹਰ ਤੁਸੀਂ ਦੇਖਿਆ ਹੋਣਾ ਵੀ ਸਾਰੇ ਪਿੰਡ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਜਿਹੜਾ ਸਿੱਠਣੀਆਂ ਗੀਤ ਵਾਲੀ ਗੱਲ ਤਾਂ ਹੈ ਹੀ ਹੈ, ਪਰ ਜਦੋਂ ਆਪਾਂ ਕਹਿੰਦੇ ਵੀ ਉਹ ਰੋਟੀਆਂ ਬਣਾਉਣ ਦੇ ਲਈ ਜਿਹੜੇ ਕਿਵੇਂ ਇੱਕ ਸਾਂਝੇ ਥਾਂ ਦੇ ਉੱਤੇ ਇੱਕ ਸਾਂਝਾ ਚੁੱਲ੍ਹਾ ਬਣਾ ਕੇ ਉੱਥੇ ਆ ਕੇ ਤਾਂ ਉਹ ਤੰਦੂਰ ਤਪਾ ਰਹੀਆਂ ਨੇ ਅਤੇ ਉੱਥੇ ਉਹ ਵਾਰੀ ਵਾਰੀ ਆ ਕੇ ਪਿੰਡ, ਇੱਦਾਂ ਦੇ ਛੋਟੇ ਛੋਟੇ ਇੰਸੀਡੈਂਟ। ਫਿਰ ਜਿਹੜਾ ਵਿਆਹ ਦੀ ਤੁਸੀਂ ਗੱਲ ਕੀਤੀ ਹੈ, ਉੱਥੇ ਘੋੜਿਆਂ 'ਤੇ ਜਾਣਾ ਜਾਂ ਬਰਾਤ ਦਾ ਸਿੱਠਣੀਆਂ ਜਾਂ ਗਾਂ ਅੱਗੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਸਵਾਗਤ ਕਰਨਾ, ਫਿਰ ਜਿਹੜਾ ਜੰਜ ਬੰਨਣਾ, ਜਿਹੜਾ ਉਹ ਥਾਲੀਆਂ ਬੰਨਣ ਦੀ ਗੱਲ, ਬਹੁਤ ਸਾਰੇ ਇੱਦਾਂ ਦੇ ਐਲੀਮੈਂਟ ਨੇ ਛੋਟੇ ਛੋਟੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਲਈ ਉਹ ਗੁਆਚ ਚੁੱਕੇ ਸੀ। ਕਈ ਗੱਲਾਂ ਤਾਂ ਮੈਨੂੰ ਇੱਦਾਂ ਲੱਗਦਾ ਮੈਂ ਖੁਦ ਬੜੇ ਚਿਰਾਂ ਬਾਅਦ ਦੇਖੀਆਂ ਸੁਣੀਆਂ ਸਮਝੀਆਂ ਹੋਣਗੀਆਂ ਵੀ ਅੱਛਾ ਯਾਰ ਆਹ ਚੀਜ਼ ਮੇਰੇ ਦਿਮਾਗ 'ਚ ਨਹੀਂ ਸੀ। ਸੋ ਫਿਰ ਅਗਲੀ ਗੱਲ ਆ ਜਾਂਦੀ ਹੈ ਲੜਾਈ ਦੀ ਗੱਲ ਕਰ ਲੈਂਦੇ ਹਾਂ, ਜੋਸ਼ ਦੀ ਗੱਲ ਕਰ ਲੈਂਦੇ ਹਾਂ, ਬੱਬੂ ਮਾਨ ਬਾਈ ਹੋਰਾਂ ਦੇ ਜਿਹੜੇ ਫੇਸ ਐਕਸਪ੍ਰੈਸ਼ਨਸ ਨੇ ਉਹ ਜਿੱਦਾਂ ਮੈਨੂੰ ਲੱਗਦਾ ਜਿੱਦਾਂ ਕਦਾ ਰੂਪ ਦੇਖਣਾ ਚਾਹੀਦਾ ਬੰਦੇ ਦਾ, ਵੀ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸਟਲ ਵੀ ਆ ਅਤੇ ਗੁੱਸੇਖੋਰ ਵੀ ਆ, ਲੜਾਈ ਓਵਰ ਵੀ ਨਹੀਂ ਦਿਖਾਈ ਪਾਈ ਅਤੇ ਵੀ ਇੱਦਾਂ ਨਹੀਂ ਲੱਗਿਆ ਵੀ ਹਾਂ ਯਾਰ ਉਹ ਜਿੱਦਾਂ ਮੈਨੂੰ ਯਾਦ ਹੈ ਅਮਤੋਜ ਮਾਨ ਬਾਈ ਹੋਰਾਂ ਨੇ ਵੀ ਕਿਤੇ ਗੱਲ ਕੀਤੀ ਸੀ, ਉਹ ਕਹਿੰਦੇ ਵੀ ਅਸੀਂ ਇਸ ਫਿਲਮ ਦੀ ਲੜਾਈ ਜਿਹੜੀ ਆ ਜਿੱਦਾਂ ਦੀ ਪੰਜਾਬੀਆਂ ਦੀ ਲੜਾਈ ਹੋਣੀ ਚਾਹੀਦੀ ਉਹੀ ਦਿਖਾਈ ਆ, ਇਹ ਸਾਊਥ ਵਾਲੀ ਲੜਾਈ ਨਹੀਂ ਆ ਜਿੱਦਾਂ ਸਾਊਥ ਫਿਲਮਾਂ ਦਾ ਜਾਂ ਐਕਸ਼ਨ ਹੀਰੋ। ਹਾਂ ਉਹ ਲੱਗਦਾ ਯਾਰ ਵੀ ਸੱਚਮੁੱਚ ਜੇ ਲੜੇ ਹੋਣਗੇ ਤਾਂ ਇੱਦਾਂ ਹੀ ਲੜੇ ਹੋਣੇ ਆ, ਜੇ ਡਾਂਗਾਂ ਨਾਲ ਲੜੇ ਆ ਤਾਂ ਡਾਂਗਾਂ ਦੀ ਲੜਾਈ ਦਿਖਾਈ ਆ, ਜੇ ਇੱਕ ਦੂਜੇ ਨੂੰ ਧੋਬੀ ਪਟਕਾ ਮਾਰਿਆ ਤਾਂ ਉਹ ਪਟਕੇ ਵੱਜਦੇ ਦਿਖਾਏ ਆ। ਸੋ ਇੱਦਾਂ ਦੇ ਬਹੁਤ ਸਾਰੇ ਐਂਗਲ ਨੇ। ਸੋ ਮੈਂ ਖੈਰ ਬਹੁਤੀਆਂ ਗੱਲਾਂ ਰਿਵੀਲ ਨਾ ਕਰਦੇ ਹੋਏ ਮੈਂ ਇਹੀ ਬੇਨਤੀ ਕਰਦਾ ਕਿ ਇੱਕ ਚੰਗੇ ਸਿਨੇਮੇ ਦੇ ਲਈ, ਚੰਗੇ ਆਉਣ ਵਾਲੇ ਭਵਿੱਖ ਦੇ ਲਈ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਸਪੋਰਟ ਵੀ ਕਰੀਏ ਅਤੇ ਪ੍ਰਮੋਟ ਵੀ ਕਰੀਏ। ਸੋ ਇੱਕ ਵਾਰੀ ਫਿਰ ਸਾਰੀ ਟੀਮ ਨੂੰ ਅਮਿਤੋਜ ਮਾਨ ਬਾਈ ਹੋਰਾਂ ਤੋਂ ਸ਼ੁਰੂ ਕਰਕੇ ਸਾਰੇ ਵੱਡੇ ਛੋਟੇ ਕਿਰਦਾਰ ਜਿਨ੍ਹਾਂ ਨੇ ਵੀ ਨਿਭਾਏ ਆ, ਬੈਕਐਂਡ ਦੇ ਉੱਤੇ ਬਹੁਤ ਵੱਡੀ ਟੀਮ ਕੰਮ ਕਰਦੀ ਆ, ਉਹਨਾਂ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ। ਸਾਗਾ ਮਿਊਜ਼ਿਕ ਦੀ ਪੂਰੀ ਟੀਮ ਨੂੰ ਅਸੀਂ ਬਹੁਤ ਮੁਬਾਰਕਾਂ ਦਿੰਦੇ ਹਾਂ ਕਿ ਉਹ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਸਮੀਤ ਬਾਈ ਹੋਰੀ ਉਹਨਾਂ ਦੀ ਪੂਰੀ ਟੀਮ, ਵਿਧੂ ਹੋਰੀ ਇੱਥੇ ਨੌਰਥ ਅਮਰੀਕਾ ਦੇ ਵਿੱਚ ਸਾਰਾ ਕੰਟਰੋਲ ਕਰ ਰਹੇ ਨੇ। ਸੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ ਅਤੇ ਸਾਡੇ ਟੋਰਾਂਟੋ ਜਾਂ ਆਸ ਪਾਸ ਦੇ ਜਿੱਥੇ ਕਿਤੇ ਵੀ ਬਾਕੀ ਮੀਡੀਆ ਦੇ ਸੱਜਣ ਨੇ ਜਾਂ
ਸਾਡੇ ਪਰਿਵਾਰ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਸ ਫਿਲਮ ਨੂੰ ਦੇਖਣ ਲਈ ਵੱਧ ਚੜ੍ਹ ਕੇ ਆਉਣ ਅਤੇ ਫਿਲਮ ਨੂੰ ਹੋਰ ਸਪੋਰਟ ਕਰਨ।